ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਚੌਧਰੀ ਜਿਹੜਾ ਹੈਗਾ ਜੱਟਾਂ ਤੇ ਗੁਜਰਾਂ ਦਾ ਤਖੱਲਸ ਹੈਗਾ, ਜਿੱਦਾਂ ਖੱਤਰੀਆਂ ਦਾ ਲਾਲਾ ਹੈਗਾ। ਸਤਿਗੁਰੂ ਨਾਨਕ ਦੇਵ ਜੀ ਬੇਦੀ ਖੱਤਰੀ ਸਨ, ਉਹ ਲਾਲੇ ਸਨ। ਤੇ ਇਹ ਜਿਹੜੇ ਬਾਣੀਆਂ ਭਾਟੀਆਂ, ਇਹ ਜਿਹੜੇ ਦੁਕਾਨਦਾਰੀ ਕਰਦੇ ਲੋਕ, ਇਹ ਲਾਲੇ ਇਹਨਾਂ ਨੂੰ ਖਿਲਾਉਂਦੇ, ਇਹਨਾਂ ਦਾ ਤਖੱਲਸ ਹੈਗਾ। ਅਤੇ ਆਪਣੇ ਪਹਿਲਾਂ ਬ੍ਰਹਮ ਕੇ ਬੇਟੇ ਬਣੋ, ਫਿਰ ਤੁਹਾਨੂੰ ਪਾਰ ਬ੍ਰਹਮ ਦੀ ਸੁਰਤ ਆਏਗੀ। ਇੱਥੇ ਮੈਂ ਕਰ ਰਿਹਾ ਸੂਰਜ ਮਹੱਲਾ ਪੰਜਵਾਂ, ਅਤੇ ਪੰਨਾ ਹੈਗਾ 619। ਸਤਿਗੁਰੂ ਅਰਜਨ ਦੇਵ ਜੀ, ਹਮਰੀ ਗਣਤ ਨਾ ਗਿਣਿਆ ਕਾਈ, ਵੀ ਸਾਡੀ ਜਿਹੜੇ ਪਿਛਲੇ ਸੀਗੇ ਕਰਮਾਂ ਦੇ, ਜਾਂ ਉਹ ਕੋਈ ਨਹੀਂ ਗਿਣੀ ਉਹਨੇ ਨਾ ਕਾਈ, ਆਪਣਾ ਬਿਰਧ ਪਛਾਣ ਉਸਨੇ, ਆਪਣਾ ਜਿਹੜਾ ਬਿਰਧ ਹੈਗਾ ਅਕਾਲ ਪੁਰਖ ਦਾ, ਉਹ ਯਾਨੀ ਕਿ ਮਰਸੀਫੁਲ, ਮਾਫ ਕਰਨ ਵਾਲਾ ਹੈਗਾ। ਹੱਥ ਦੇ ਰਾਖ ਰਾਖੇ ਕਰ ਆਪਣਾ, ਹੱਥ ਦੇ ਤੁਹਾਡੇ ਸਿਰ ਤੇ ਉੱਤੇ ਹੱਥ ਰੱਖ ਕੇ ਉਹ ਆਪਣਾ ਕਰ ਲੈਂਦਾ ਹੈਗਾ। ਸਦਾ ਸਦਾ ਰੰਗੂ ਮਾਨ, ਸਦਾ ਸਦਾ ਤੁਸੀਂ ਉਹਦੇ ਰੰਗ ਵਿੱਚ ਮਾਣ ਹੈਗੇ ਕਰਦੇ, ਬੜਾ ਫਖਰ ਕਰਦੇ ਆ ਵੀ ਅਸੀਂ ਉਹਦਾ ਹੈਗਾ ਹੱਥ ਸਾਡੇ ਦੇ ਸਿਰ ਦੇ ਉੱਤੇ ਹੈਗਾ। ਸੱਚਾ ਸਾਹਿਬ ਸਦ ਮਿਹਰਬਾਨ, ਸੱਚਾ ਸਾਹਿਬ ਜਿਹੜਾ ਹੈਗਾ ਸਦਾ ਹੀ ਮਿਹਰਬਾਨ ਹੈਗਾ। ਜਿਹੜਾ ਬੇਈਮਾਨ ਹੁੰਦਾ ਨਾ, ਉਹ ਕੁੱਤੇ ਦੀ ਪੂਛ ਹੁੰਦਾ, ਉਹ ਕੁੱਤੇ ਵੱਢਣ ਪੈਂਦਾ ਹੈਗਾ, ਉਹ ਕਿਸੇ ਦਾ ਮਿੱਤ ਨਹੀਂ ਹੁੰਦਾ। ਅਤੇ ਇਸ ਤਰ੍ਹਾਂ ਉਹ ਜਿੰਨਾ ਮਰਜ਼ੀ ਉਹ ਮਿੱਠਾ ਉਹਨੂੰ ਤੁਸੀਂ ਕਰਕੇ ਦੇਖ ਲਓ, ਉਹ ਕੁੜੱਤ ਨਹੀਂ ਉਹਦੀ ਜਾਂਦੀ ਜਿਹੜੀ ਆਦਤ ਹੈਗੀ। ਅਤੇ ਮੇਰੇ ਇੱਥੇ ਰਹਿੰਦਾ ਸੀ ਪਿੱਛੇ ਇੱਕ ਬੇਈਮਾਨ, ਅਤੇ ਉਹਨੇ ਮੈਨੂੰ ਚੰਗਾ ਠੱਗਿਆ ਸੀਗਾ, ਜਿੱਦਾਂ ਭਰਾਵਾਂ ਵਾਂਗਰ ਸੀਗਾ, ਅਤੇ ਅਸੀਂ ਉਹਦੇ 'ਤੇ ਬਹੁਤ ਇਤਬਾਰ ਕਰਨਾ। ਉਹ ਸੀਗਾ ਅੰਮ੍ਰਿਤਸਰੀਆ ਅੰਦਰ ਸੜੀਆ, ਬੰਦ ਪਾਇਆ ਮੇਰੇ ਸਤਿਗੁਰੂ, ਬੰਦ ਯਾਨੀ ਕਿ ਰੁਕਾਵਟ ਬੁਰੇ ਕਰਮਾਂ ਤੋਂ, ਯਾਨੀ ਕਿ ਮਨਮੁੱਖ ਬਣਨ ਤੋਂ। ਇਹ ਜਿਹੜਾ ਹੁੰਦਾ ਨਾ ਸਤਿਗੁਰੂ, ਸਤਿਗੁਰੂ ਜਦੋਂ ਹੋਵੇ ਉਦੋਂ ਉਹ ਕਹਿੰਦਾ ਤੁਸੀਂ ਅਕਾਲ ਪੁਰਖ ਨੂੰ ਤੁਰੋ। ਇਹ ਸਤਿਗੁਰੂ ਜਿਹੜਾ, ਸਤਿਗੁਰ ਜਿਹੜਾ ਹੈਗਾ ਦੋ ਹਰਫਾਂ ਦਾ ਹੈਗਾ ਨਾ, ਸਤ ਅਤੇ ਗੁਰ, ਸਤਿਗੁਰੇ, ਸਤ ਅਤੇ ਗੁਰ, ਗੁਰ ਹੁੰਦਾ ਢੰਗ, ਉਹ ਜਿਹੜਾ ਢੰਗ ਜਾਣੇ, ਢੰਗ ਨਾਲ ਚੱਲੇ, ਸਤਿਗੁਰੇ। ਅੰਤਰ ਸਤਿਗੁਰੂ ਰਾਧੀਏ ਜੀਵਾ ਜਪੇ ਨਾਮ, ਅਤੇ ਇਹ ਜਿਹੜਾ ਹੈਗਾ ਹਰਿਮੰਦਰ ਹੈਗਾ, ਹਰਿਮੰਦਰ ਜਿਹੜਾ ਪੁਜਾਰੀ ਹੈਗਾ ਅੰਦਰ ਦਿਲ ਵਿੱਚ ਬੈਠਾ ਨਾ, ਉਹਨੂੰ ਸਤਿਗੁਰੂ ਕਹੀਦਾ ਹੈਗਾ, ਜਾਂ ਰੋਇਲ ਪ੍ਰੀਸਟ। ਬੰਦ ਪਾਇਆ ਮੇਰੇ ਸਤਿਗੁਰੇ, ਪੂਰੇ ਹੋਏ ਸਰਬ ਕਲਿਆਣ, ਅਤੇ ਉਹ ਫਿਰ ਕਲਿਆਣ ਸਾਰੇ ਜਿਹੜੇ ਕੰਮ ਠੀਕ ਹੋ ਗਏ, ਯਾਨੀ ਕਿ ਕਲਿਆਣ ਹੋ ਗਈ, ਯਾਨੀ ਕਿ ਮੁਕਤੀ ਪਾ ਗਏ, ਰਹਾਓ। ਜੀਆ ਪਾਏ ਪਿੰਡ ਜਿਨ ਸਾਜਿਆ, ਹੁਣ ਇੱਕ ਮਿਸਾਲ ਦਿੰਦੇ ਨੇ ਵੀ ਜਿਸਨੇ ਆਹ ਜਿਹੜਾ ਹੈਗਾ ਤਾਂ ਇਹਦੇ 'ਚ ਜੀਆ ਜਿਹੜੀ ਜਾਨ ਪਾਈ ਹੈਗੀ, ਪਿੰਡ ਜਿਨ ਸਾਜਿਆ, ਆਹ ਜਿਹੜਾ ਸਰੀਰ ਸਾਜਿਆ ਹੈਗਾ, ਇਹ ਬਗੈਰ ਜਾਨ ਦੇ ਇਹ ਕਿਸੇ ਕੰਮ ਦਾ ਨਹੀਂ। ਇਹ ਜਦ ਜਿਨ ਇਹ ਸਾਜਿਆ ਹੈਗਾ ਨਾ ਪਿੰਡ, ਦਿੱਤਾ ਪੈਨਨ ਖਾਣ,
ਉਹਨੇ ਇਹ ਨਹੀਂ ਕਿਹਾ ਵੀ ਹੁਣ ਤੂੰ ਤੈਨੂੰ ਜੇ ਪੈਦਾ ਕਰ ਦਿੱਤਾ ਹੁਣ ਤੂੰ ਭੁੱਖਾ ਮਰ ਜਾ, ਉਹ ਨਾਲ ਖੁਰਾਕ ਵੀ ਦਿੰਦਾ ਤੁਹਾਨੂੰ। ਇਹਨਾਂ ਦਾ ਜਿਹੜਾ ਹੈਗਾ ਨਾ ਜੂ, ਇਹਨਾਂ ਦੇ ਹੈਗਾ ਚੋਜ਼ਨ ਪੀਪਲ, ਇਹ ਜਦੋਂ ਦਾ ਇਬਰਾਹਿਮ ਦੇ ਹੁੰਦੇ ਨਾ ਵਫਾਦਾਰ, ਉਦੋਂ ਇਹਨਾਂ ਨੂੰ ਸਾਰੀ ਦੁਨੀਆ ਨਾਲੋਂ ਚੰਗਾ ਖਾਣ ਨੂੰ ਮਿਲਦਾ ਹੈਗਾ, ਪਹਿਨਣ ਨੂੰ ਸਭ ਕੁਛ ਐਸ਼ਾਂ ਕਰਦੇ ਨੇ। ਤੇ ਜਦੋਂ ਹੋ ਜਾਂਦੇ ਉਹਦੇ ਅਨਫੇਥਫੁਲ, ਬੇਵਫਾਦਾਰ ਹੋ ਜਾਂਦੇ ਨਾ, ਉਦੋਂ ਫਿਰ ਉਹ ਡੰਡੇ ਮਾਰ ਕੇ ਬਾਹਰ ਕੱਢ ਦਿੰਦਾ ਆਪਣੇ ਪ੍ਰੋਮਿਸ ਲੈਂਡ 'ਚ। ਇਹਨਾਂ ਦੀ ਜੇ ਤੁਸੀਂ ਪੂਰੀ ਜਾਣ ਪਛਾਣ ਕਰੋ ਤਾਂ ਤੁਹਾਨੂੰ ਬਹੁਤ ਚੀਜ਼ਾਂ ਮਿਲਣਗੀਆਂ, ਮੋਰਲ ਲਾਅ ਕਿੱਦਾਂ ਰਹਿਣਾ ਦੁਨੀਆ 'ਚ। ਇਸ ਕਰਕੇ ਇਹਨਾਂ ਨੂੰ ਕਹਿੰਦੇ ਨੇਸ਼ਨ ਆਫ ਪ੍ਰੀਸਟ। ਪ੍ਰੀਸਟ ਹੁੰਦਾ ਜਿਹੜਾ ਬਾਹਮਣ, ਰੋਇਲ ਪ੍ਰੀਸਟ ਹੁੰਦਾ ਹੈਗਾ ਸਤਿਗੁਰੂ। ਇਹਨਾਂ ਤੋਂ ਤੁਸੀਂ ਕਈ ਕੁਛ ਸਿੱਖ ਸਕਦੇ ਆ। ਇਸ ਕਰਕੇ ਤੁਸੀਂ ਦੇਖੋਗੇ ਕਿ ਜਿਹੜੇ ਜਾਨਵਰ ਕਈ ਪੈਦਾ ਹੁੰਦੇ ਨੇ ਆਪਣੇ ਧੁੱਪ 'ਚ, ਬਹੁਤ ਕੜੀ ਧੁੱਪ ਪੈਂਦੀ ਉੱਥੇ ਵੀ ਜੀਵ ਜੀਵ ਪੈਦਾ ਹੁੰਦੇ, ਅਤੇ ਉਹਨਾਂ ਨੂੰ ਵੀ ਖਾਣ ਨੂੰ ਨਾ ਬ੍ਰਹਮਾ ਪਾਲਦਾ ਨਾ, ਇਸ ਚੀਜ਼ ਨੂੰ ਬ੍ਰਹਮਾ ਪਾਲਦਾ ਹੈਗਾ, ਉਸ ਖਾਣ ਨੂੰ ਵੀ ਬ੍ਰਹਮਾ ਜਿਹੜਾ ਹੈਗਾ ਉਹਨਾਂ ਨੂੰ ਨਾਲ ਭੇਜਦਾ ਹੈਗਾ। 5 ਦਿਨ ਲਈ, 7 ਦਿਨ ਲਈ ਉਹਨਾਂ ਦਾ ਖਾਣਾ ਨਾਲ ਹੁੰਦਾ ਹੈਗਾ, ਫਿਰ ਉਹ ਆਪੇ ਹੌਲੀ ਹੌਲੀ ਲੱਭ ਲੈਂਦੇ ਨੇ ਜਿੱਦਾਂ ਭੁੱਖ ਲੱਗਦੀ ਹੈਗੀ, ਅਤੇ ਉੱਦਾਂ ਉੱਦਾਂ ਫਿਰ ਉਹ ਲੱਭਣ ਵਾਲੇ ਹੋ ਜਾਂਦੇ, ਯਾਨੀ ਕਿ ਉਹਨਾਂ ਨੂੰ ਮਰਨ ਨਹੀਂ ਦਿੰਦਾ। ਅਤੇ ਇੱਦਾਂ ਜਿਹੜਾ ਅਕਾਲ ਪੁਰਖ ਹੈਗਾ, ਪਾਰ ਬ੍ਰਹਮ ਹੈਗਾ, ਜੇ ਉਹਦੇ ਤੁਸੀਂ ਬਣ ਜਾਓ, ਉਹਦਾ ਹੱਥ ਉੱਪਰ ਹੋਵੇ ਤਾਂ ਕਿੰਨਾ ਕੁ ਤੁਹਾਡੇ 'ਤੇ ਉਹ ਰੱਖੇਗਾ, ਖਿਆਲ ਤੁਹਾਡਾ ਰੱਖੇਗਾ। ਆਪਣੇ ਦਾਸ ਕੀ ਆਪ ਪੈਜ ਰਾਖੀ, ਪਾਰ ਬ੍ਰਹਮ ਆਪਣੇ ਦਾਸ ਦੀ ਆਪ ਪੈਜ ਰੱਖਦਾ ਹੈਗਾ, ਜਿੱਦਾਂ ਬ੍ਰਹਮਾ ਨੇ ਖਾਣ ਨੂੰ ਦਿੱਤਾ ਜਾਨਵਰਾਂ ਨੂੰ ਹਰ ਇੱਕ ਨੂੰ, ਇੱਦਾਂ ਹੀ ਜਿਹੜਾ ਹੈਗਾ ਆਪਣੇ ਦਾਸ ਦੀ ਪਾਰ ਬ੍ਰਹਮ ਆਪੇ ਪੈਜ ਰੱਖਦਾ ਹੈਗਾ। ਉਹਦੀ ਨਾਨਕ ਸਦ ਕੁਰਬਾਨ, ਨਾਨਕ ਦੇਵ ਜੀ ਕਹਿੰਦੇ ਮੈਂ ਸਦਾ ਸਦਾ ਉਹਦੇ 'ਤੇ ਕੁਰਬਾਨ ਹੋਵਾਂ ਕਿ ਉਹ ਤੁਹਾਡੇ 'ਤੇ ਪੈਜ ਰੱਖਦਾ ਹੈਗਾ। ਉਹ ਤੁਹਾਨੂੰ ਇਹ ਨਹੀਂ ਕਿ ਜੇ ਤੁਹਾਨੂੰ ਤੁਸੀਂ ਸਤਿਗੁਰੂ ਤੁਹਾਨੂੰ ਮਿਲਿਆ ਹੈਗਾ ਅੰਦਰ, ਅਤੇ ਤੁਸੀਂ ਸਤਿਗੁਰੂ ਦੇ ਪਾੜੇ ਚੱਲਦੇ ਹੈ, ਤੁਹਾਨੂੰ ਉਹ ਫਿਰ ਛੱਡਦਾ ਨਹੀਂ ਹੈਗਾ, ਤੁਹਾਡੇ 'ਤੇ ਉਹ ਹੱਥ ਰੱਖੀ ਰੱਖਦਾ ਹੈਗਾ, ਅਤੇ ਤੁਹਾਡੀ ਪੈਜ ਰੱਖਦਾ ਹੈਗਾ, ਜਿਵੇਂ ਜਾਨਵਰਾਂ ਦੀ ਪੈਜ ਬ੍ਰਹਮਾ ਰੱਖਦਾ ਹੈਗਾ। ਇਹ ਹੈਗੀ ਹੈ ਜੀ ਵਿਆਖਿਆ। ਅਤੇ ਬਾਕੀ ਹੈਗਾ ਸਮਾਂ ਹੁਣ ਬਹੁਤ ਭਿਆਨਕ ਹੈਗਾ, ਅਤੇ ਕਲਯੁੱਗ ਦਾ ਅਖੀਰ ਆ ਰਿਹਾ ਹੈਗਾ ਹੁਣ। ਇਹ ਜਿਹੜੇ ਜੀਵ ਉੱਥੇ ਇਕੱਠੇ ਕੀਤੇ ਨਾ ਉਹਨੇ ਇਜ਼ਰਾਈਲ 'ਚ, ਇਹ ਲਿਖਿਆ ਬਾਈਬਲ 'ਚ, ਜਦੋਂ ਯੁੱਗ ਦਾ ਅਖੀਰ ਆਇਆ ਨਾ ਇਹਨਾਂ ਨੂੰ ਇਕੱਠੇ ਕਰਕੇ ਚਲਾਵਾਂਗਾ। ਇਹ ਹੈਗੇ ਨੇ ਬੇਵਫਾਦਾਰ ਇਬਰਾਹਿਮ ਦੇ, ਪਹਿਲਾਂ ਕੱਢੇ ਸੀਗੇ 70 ਸਾਲ 'ਚ, ਹੁਣ ਇਹਨਾਂ ਨੂੰ ਵਾਪਸ ਲਿਆਂਦਾ ਹੈਗਾ, ਜਲਾਉਣ ਲਈ ਲਿਆਂਦਾ ਹੈਗਾ। ਅਤੇ ਸਾਰੀਆਂ ਪ੍ਰੋਫੈਸੀ ਜਿਹੜੀਆਂ ਹੋ ਗਈਆਂ ਕੰਪਲੀਟ ਹੋ ਗਈਆਂ, ਹੁਣ ਇਹ ਜਿਹੜੀ ਐਟੋਮਿਕ ਵਾਰ ਦੀ ਪ੍ਰੋਫੈਸੀ ਹੈਗੀ, ਇਹ 70 ਸਾਲ ਤਾਂ ਇਹਨੂੰ ਕੋਈ ਹੱਥ ਨਹੀਂ ਲਾ ਸਕਦਾ ਇਜ਼ਰਾਈਲ ਨੂੰ। 70 ਸਾਲ ਤੋਂ ਬਾਅਦ 5 ਸਾਲ ਹੈਗੇ ਇਹਨਾਂ ਦੇ, ਉਦੋਂ ਇਹਨਾਂ ਨੂੰ ਚੰਗੀ ਲੋਕਾਂ ਨੇ ਸਾਰੇ ਪਾਸਿਓਂ ਕੁੱਟ ਪੈਣੀ ਹੈਗੀ, ਅਤੇ ਫਿਰ 5 ਸਾਲ ਬਾਅਦ 2023 'ਚ ਐਟੋਮਿਕ ਵਾਰ ਲੱਗੇਗੀ, ਉਦੋਂ ਸਾਰੇ ਦੁਨੀਆ 'ਚ ਲੱਗੇਗੀ। ਉਹ ਹੀ ਬਚਣਗੇ ਜਿਹੜਾ ਆਪਣਾ ਬੀਜ ਨਹੀਂ ਭੁੱਲੇ, ਬੀਓ ਬੀਜ ਪੱਤ ਲੈ ਗਿਆ ਅੱਗੇ ਉਗਵੇ ਦਾਲ, ਬੀਜ ਜਿਹੜਾ ਹੈਗਾ, ਜਿੱਦਾਂ ਮੇਰਾ ਬੀਜ ਜੱਟ ਹੈਗਾ, ਨਿੱਜਰ ਜੱਟ, ਜਿਹੜਾ ਆਪਣੀ ਕੌਮ ਨਾ ਭੁੱਲੇਗਾ ਨਾ ਉਹ ਪੱਤ ਲੈ ਜਾਏਗਾ। ਇਸ ਲਈ ਬਾਈਬਲ 'ਚ ਜਿਹੜੇ 144,000 ਲਿਖੇ ਨੇ ਜਿਹੜੇ ਕਿ ਬਚਣਗੇ, ਉਹ ਸਾਰੇ ਉਹਨਾਂ ਦੇ ਕੌਮਾਂ ਦੇ ਨਾਂ ਲਿਖੇ, ਮਗਰ ਇੰਨੇ ਕੌਮ, ਇਸ ਕੌਮ ਦਾ ਇੰਨਾ ਬਚੇਗਾ, ਇਸ ਕੌਮ ਦਾ, ਉਹ ਮਿਸਾਲ ਦਿੱਤੀ ਗਈ। ਇਹ ਨਹੀਂ ਕਿ ਉਹੀ ਬਚਣਗੇ, ਬਾਕੀ ਵੀ ਬਚਣਗੇ। ਇਸ ਕਰਕੇ ਜਿਹੜੇ ਆਪਣੇ ਪਿਓ ਨਹੀਂ ਭੁੱਲੇ ਉਹ ਹੈਗੇ ਨੇ ਅਫਰੀਕਾ ਦੇ ਜੰਗਲਾਂ 'ਚ ਰਹਿੰਦੇ, ਅਤੇ ਜਾਂ ਰਹਿੰਦੇ ਨੇ ਉੱਥੇ ਬ੍ਰਾਜ਼ੀਲ ਦੇ ਜੰਗਲਾਂ 'ਚ,
ਉਹਨਾਂ ਦੇ ਉੱਪਰ ਟ੍ਰਾਈਬਲ ਮਾਰਕ ਲੱਗੇ ਹੋਏ ਮੂੰਹ 'ਤੇ ਪਛਾਣਨ ਲਈ ਇੱਕ ਦੂਜੇ ਨੂੰ। ਉਹ ਆਪਣੀ ਪਛਾਣ ਨਹੀਂ ਭੁੱਲਦੇ, ਉਹ ਬਚਣ ਕੇ ਉਹਨੂੰ ਬੀ ਨਹੀਂ ਭੁੱਲੇ ਆਪਣਾ, ਉਹ ਬਚਣਗੇ। ਬਾਕੀ ਜਿਹੜਾ ਹੁੰਦਾ ਸਿੱਖ ਕੌਮ ਨਹੀਂ ਹੈਗੀ, ਸਿੱਖ ਪੰਥ ਹੈਗਾ। ਜਦੋਂ ਤੁਸੀਂ ਸਿੱਖ ਕੌਮ ਕਹਿੰਦੇ ਹੋ ਉਦੋਂ ਤੁਸੀਂ ਆਪਣੀ, ਮੈਂ ਜਿਹੜਾ ਮੇਰੀ ਕੌਮ ਜੱਟ ਹੈਗੀ, ਜੱਟ ਸਰੀਰ ਦਾ ਹੈਗਾ ਨਾ, ਜੇ ਮੈਂ ਆਪਣੀ ਕੌਮ ਸਿੱਖ ਬਣਾ ਲਵਾਂ ਤਾਂ ਇਹ ਜਿਹੜਾ ਜੱਟ ਪਿਓ ਨੂੰ ਜਵਾਬ ਦੇ ਕੇ ਮੈਂ ਖੁਦ ਹਰਾਮੀ ਬਣਦਾ, ਕੰਜਰੀ ਦੇ ਪੇਟ 'ਚ ਜਿਹੜਾ ਪੈਦਾ ਉਹਨੂੰ ਤਾਂ ਵਿਚਾਰੇ ਨੂੰ ਪਤਾ ਨਹੀਂ ਕਿਹੜਾ ਪਿਓ ਹੈਗਾ, ਮੈਨੂੰ ਤਾਂ ਪਤਾ ਨਾ, ਨਿੱਜਰ ਦਾ ਪੁੱਤ ਹੈਗਾ। ਅਤੇ ਮੈਂ ਉਹ ਹਰਾਮੀ ਬਣਦਾ ਜਿਹੜਾ ਕਿ ਕੰਜਰੀ ਦੇ ਪੇਟ 'ਚ ਹਰਾਮੀ, ਉਹਦੇ ਤੋਂ ਵੀ ਵੱਧ ਤਰ, ਉਹਨੂੰ ਕਹਿੰਦੇ ਸੁਪਰ ਬਾਸਟਡ ਫਨੈਟਿਕ ਡੈਵਲ। ਇਹ ਜੀਜ਼ ਨੇ ਉਹਨਾਂ ਦੇ ਮੰਦਰ 'ਚ ਬਹਿ ਕੇ ਉਹਨਾਂ ਨੂੰ ਦੱਸਿਆ ਵੀ ਤੁਹਾਡੇ ਯੋਰ ਫੋਰ ਫਾਦਰਸ ਆਰ ਸੁਪਰ ਬਾਸਟਡ ਫਨੈਟਿਕ ਡੈਵਲਸ। ਅਤੇ ਜਦੋਂ ਇਹ ਕਿਹਾ ਉਹਨਾਂ ਨੂੰ ਗੁੱਸਾ ਬਹੁਤ ਲੱਗਾ, ਅਤੇ ਹੁਣ ਮਿੱਠਾ ਚੱਕ ਕੇ ਪੈ ਗਿਆ ਵੀ ਤੈਨੂੰ ਮਾਰਦੇ ਆ ਹੁਣ ਤੈਨੂੰ। ਅਤੇ ਉਹ ਫਿਰ ਆਪਣੇ, ਜਦੋਂ ਉਹਦੀ ਨਹੀਂ ਸੀ ਉਹਦੀ ਟਾਈਮ ਆਇਆ, ਉਹ ਬਚ ਕੇ ਤਾਂ ਨਿਕਲ ਗਿਆ ਉਹਨਾਂ ਤੋਂ। ਯਾਨੀ ਕਿ ਮਤਲਬ ਇਹ ਹੈਗਾ ਕਿ ਉਹ ਇੰਨੇ ਉਹਦੇ ਬਰਖਿਲਾਫ ਹੋ ਗਏ ਸੀਗੇ ਕਿ ਉਹਨੂੰ ਮਾਰਨ ਨੂੰ ਫਿਰਦੇ ਸੀ ਵੀ ਕਿੱਦਾਂ ਇਹਨੂੰ ਫੜੀਏ ਅਤੇ ਇੱਟਾਂ ਮਾਰਾਂ ਮਾਰੀਏ ਇਹਨੂੰ। ਅਤੇ ਉੱਥੇ ਉਹਦਾ ਦੋਸਤ ਸੀ ਇੱਕ ਲਾਜ਼ਰਸ, ਲਾਜ਼ਰਸ ਮਰ ਗਿਆ। ਅਤੇ ਮਰ ਗਿਆ ਤਾਂ ਉਹ ਦੱਸਿਆ ਦੂਰ, 4 ਦਿਨ ਪਿਆ ਰਿਹਾ ਉਹ। ਅਤੇ ਫਿਰ ਉਹਨੇ ਦੱਸਿਆ ਉਹਨਾਂ ਨੂੰ ਆਪਣੇ ਜਿਹੜੇ ਸੀਗੇ ਉਹਦੇ ਕਾਮੇ ਵਰਕਰਸ, ਉਹਦਾ ਡਿਸਾਈਪਲ ਕੋਈ ਨਹੀਂ ਸੀਗਾ, ਚੇਲਾ ਨਹੀਂ ਸੀ ਕੋਈ ਵੀ, ਚੇਲਾ ਹੁੰਦਾ ਬਾਹਮਣਾਂ ਦਾ, ਰਬਾਈ ਦਾ, ਉਹ ਜੋ ਕਹਿੰਦੇ ਨੇ ਉਹੀ ਕਰਦਾ ਉਹ ਚੇਲਾ। ਉਹ ਆਜ਼ਾਦ ਸਨ, ਕਹਿੰਦਾ ਮੈਂ ਜਾਣਾ ਉੱਥੇ ਮਿਲਣ ਉਹਨੂੰ, ਉਹਨੂੰ ਦੇਖਣ ਜਾਣਾ। ਅਤੇ ਕਹਿੰਦੇ ਉਹ ਮਰ ਗਿਆ ਹੈਗਾ ਵੀ। ਅਤੇ ਕਹਿੰਦੇ ਤੈਨੂੰ ਪਤਾ ਨਹੀਂ ਕਿ ਉੱਥੇ ਇੱਟਾਂ ਦੇ ਰੁਪਏ ਮਾਰਨ ਨੂੰ ਪੈਂਦੇ ਸੀਗੇ, ਅਤੇ ਤੂੰ ਉੱਥੇ ਜਾਣਾ ਅਤੇ ਤੂੰ ਮਾਰ ਦੇਣਗੇ ਤੈਨੂੰ, ਉਹ ਤਾਂ ਜਿਹੜੇ ਲੱਭਦੇ ਫਿਰਦੇ ਨੇ ਵੀ ਕਿੱਦਾਂ ਤੈਨੂੰ ਫੜੀਏ ਤਾਂ ਮਾਰੀਏ। ਉਹ ਕਹਿੰਦਾ ਆਈ ਮਸਟ ਗੋ। ਜਦੋਂ ਇਹ ਕਹਿੰਦੇ ਨਾ, ਫਿਰ ਬਾਕੀ ਦੇ ਵੀ ਕਹਿੰਦੇ, ਉਹਦੇ ਜਿਹੜੇ ਦੋਸਤ ਸੀਗੇ ਫਿਰ ਬਣ ਗਏ ਨਾ ਫਰੈਂਡ, ਉਹ ਵੀ ਕਹਿੰਦੇ ਅਸੀਂ ਵੀ ਤੇਰੇ ਨਾਲ ਮਰਦੇ ਹਾਂ, ਚੱਲ ਇਕੱਠੇ ਚੱਲਦੇ ਆਪਾਂ ਸਾਰੇ। ਫਿਰ ਉਹਦੇ ਨਾਲ ਆਏ ਸੀਗੇ ਅਤੇ ਲਾਜ਼ਰਸ 4 ਦਿਨ ਪਿਆ ਰਿਹਾ ਨਾ ਉੱਥੇ ਕਮ ਉਹਦੇ 'ਚ, ਕਬਰ 'ਚ ਜਿਹੜਾ ਕਮਰਾ ਹੁੰਦਾ ਉਹਦੇ 'ਚ, ਉਹਨੂੰ ਪੱਟੀ ਪੁੱਟੀ ਬੰਨ੍ਹ ਕੇ ਤਾਂ ਰੱਖਿਆ ਹੋਇਆ ਸੀ। ਅਤੇ 4 ਦਿਨ ਹੁੰਦੇ ਨੇ, 4 ਬਿਰਤੀ ਨਾ, ਹੋਮੇ ਮਨ ਬੁੱਧੀ ਅਤੇ ਚਿੱਤ ਬਿਰਤੀ। ਅਤੇ ਉਹ ਚਿੱਤ ਬਿਰਤੀ 'ਚ ਪਹੁੰਚਿਆ ਹੋਇਆ ਸੀਗਾ। ਅਤੇ ਉੱਥੇ ਜੀਜ਼ੇ ਕਿਹਾ, ਉਹਨੂੰ ਆਵਾਜ਼ ਮਾਰੀ, ਲਾਜ਼ਰ ਨਿਕਲ ਬਾਹਰ। ਉਹ ਆ ਗਿਆ, ਪੱਟੀਆਂ ਪੁੱਟੀਆਂ ਉਹਦੀਆਂ ਲਾਹੀਆਂ। ਅਤੇ ਉਹ ਦੇਖ ਕੇ ਲੋਕ ਜਿਹੜੇ ਕਾਮਨ ਮੈਨ ਸੀਗਾ ਨਾ, ਦੇਖ ਕੇ ਬੜਾ ਹੈਰਾਨ ਹੋਇਆ ਵੀ ਇਹ ਜਿੰਦਾ ਹੋ ਗਿਆ, 4 ਦਿਨ ਪਿਆ ਰਿਹਾ। ਅਤੇ ਉਹਨਾਂ ਨੇ ਫਿਰ ਉਹਦੇ ਪ੍ਰੀਸਟ ਨੂੰ ਦੱਸਿਆ ਵੀ ਇੱਦਾਂ ਉੱਥੇ ਜਿੰਦਾ ਕਰ ਦਿੱਤਾ ਉਹਨੇ ਆਦਮੀ। ਉਹ ਕਹਿੰਦਾ ਫਿਰ ਤਾਂ ਇਹਨੂੰ ਜ਼ਰੂਰ ਮਾਰਨਾ ਪੈਣਾ, ਸਾਡੇ ਤਾਂ ਬਿਜ਼ਨਸ ਹੀ, ਬਿਜ਼ਨਸ ਸਾਰੀ ਲੈ ਜਾਣੀ ਇਹਨੇ, ਸਾਰੇ ਲੋਕ ਇਹਦੇ ਮਗਰ ਲੱਗ ਜਾਣਗੇ। ਤਦ ਫਿਰ ਉਹਨਾਂ ਨੇ ਮਾਰਿਆ ਸੀ ਉਹਨੂੰ। ਬਹੁਤ ਸਾਰੀਆਂ ਕਹਾਣੀਆਂ ਹੈਗੀਆਂ। ਇਹ ਤੁਸੀਂ ਪਹਿਲਾ ਸਤਿਗੁਰੂ ਦੁਨੀਆਂ 'ਚ ਜੀਜ਼ ਆਇਆ, ਨਾਨਕ ਦੂਜਾ ਸੀ ਅਤੇ ਸਾਰਿਆਂ ਨਾਲੋਂ ਵੱਡਾ ਸੀਗਾ। ਜੇ ਤੁਹਾਨੂੰ ਛੋਟੇ ਦਾ ਗਿਆਨ ਨਹੀਂ ਹੈਗਾ ਤਾਂ ਵੱਡੇ ਦਾ ਨਹੀਂ ਹੋ ਸਕਦਾ। ਅਤੇ ਛੋਟੇ ਦਾ ਗਿਆਨ ਹੋਏਗਾ ਜਿੱਥੇ ਤੁਸੀਂ ਬਾਹਰ ਰਹਿੰਦੇ ਹੋ, ਉਹਨਾਂ ਨੂੰ ਦੱਸੋਗੇ ਵੀ ਆਹ ਮਤਲਬ ਇਹਦਾ, ਤੁਹਾਡੇ ਪੈਰਾਬੋਲ ਦਾ ਆਹ, ਇਹਦਾ ਮਤਲਬ ਆਹ ਹੈਗਾ। ਫਿਰ ਤਾਂ ਹੋਏ ਨਾ ਕੋਈ ਸਿੱਖਿਆ ਹੋਇਆ, ਉਹ ਤੁਹਾਡੀ ਇੱਜ਼ਤ ਕਰਨਗੇ। ਜੇ ਆ ਪਗੜੀ ਰੱਖ ਕੇ ਅਤੇ ਦਾੜੀ ਰੱਖ ਕੇ ਮੈਂ ਸਿੱਖ ਸਿੱਖ ਹੈਗਾ, ਨਾਨਕ ਅਤੇ ਨਰ ਅਸਲ ਖਾਨ, ਜੇ ਬਿਨ ਗੁਣ ਗ੍ਰਭ ਗ੍ਰੰਥ ਆਉਂਦਾ ਜਾਂਦਾ ਕੱਖ ਹੀ ਨਾ ਹੋਵੇ, ਉਹ ਹੁੰਦਾ ਅਸਲ ਗਦਾ, ਅਸਲ ਖੋਤੇ। ਖੋਤਾ ਖਾਲਸਾ ਤਾਂ ਤੁਹਾਨੂੰ ਪਤਾ, ਉਹਨਾਂ ਨੇ ਸੱਚੇ ਪਾਤਸ਼ਾਹ ਗੋਬਿੰਦ ਰਾਏ ਜੀ ਨੇ ਜਦੋਂ ਆਪਣੇ ਛਕਾਇਆ ਸੀ ਸਟੇਜ 'ਤੇ, ਇੱਕ ਗਧੇ 'ਤੇ ਸ਼ੇਰ ਦੀ ਖੱਲ ਪਾ ਕੇ ਖੜਾ ਕੀਤਾ ਸੀ। ਅਤੇ ਜਦੋਂ ਅੰਮ੍ਰਿਤ ਛਕਾ ਲਿਆ ਅਤੇ ਉਹ ਖਾਲਸੇ ਬਣ ਗਿਆ, ਅਤੇ ਫਿਰ ਉਹ ਗਧਾ ਛਿਨ ਹਿੰਨ ਗਿਆ। ਅਤੇ ਸੰਗਤਾਂ ਨੇ ਕਿਹਾ ਇਹ ਕੀਜੀਏ, ਅਤੇ ਸ਼ੇਰ ਹੈਗੀ ਖੱਲ ਪਾਈ ਅਤੇ ਇਹ ਕਿੱਦਾਂ ਹਿੰਨ ਗਿਆ, ਗਧਾ ਨਿਕਲਿਆ, ਇਹ ਤਾਂ ਗਧਾ ਹੈਗਾ। ਇਸੇ ਤਰ੍ਹਾਂ ਬਾਣੇ ਪਾਏ ਹੋਣ ਖਾਲਸਿਆਂ ਵਾਲੇ, ਕਰਮ ਕਰਨਗੇ ਗਧਿਆਂ ਵਾਲੇ।
ਇਸ ਕਰਕੇ ਇਹਨਾਂ ਨੂੰ ਕਹਿੰਦੇ ਖੋਤੇ ਖਾਲਸੇ। ਅਤੇ ਆਪਣੇ ਜਿਹੜਾ ਹੈਗਾ ਤੁਸੀਂ ਧਿਆਨ ਨਾਲ ਚੱਲੋ, ਆਪਣੀ ਸੁਰਤੀ ਨਾਲ ਚੱਲੋ, ਕਿਸੇ ਦੇ ਮਗਰ ਨਾ ਲੱਗੋ, ਨਿਆਰੇ ਹੈਗੇ, ਨਿਆਰੇ ਰਹੋ, ਨਿਆਰੇ ਰਹਿ ਕੇ ਮਾਸਟਰ ਆਫ ਯੂਰ ਓਨ ਡੈਸਟਨੀ, ਆਪਣੇ ਆਪਣਾ ਹਿਸਾਬ ਕਿਤਾਬ ਤੁਸੀਂ ਖੁਦ ਅਕਾਲ ਪੁਰਖ ਨੂੰ ਦੇਣਾ, ਕਿਸੇ ਨੇ ਨਹੀਂ ਦੇਣਾ। ਇਹ ਜਿਹੜਾ ਨਾ ਰਾਧਾ ਸਵਾਮੀ ਵਗੈਰਾ ਕਹਿੰਦੇ ਇਹ ਕਿੰਨੇ ਮਗਰ ਲੱਗੇ ਹੋਏ ਨੇ, ਇਹ ਹੈਗਾ ਕੰਜਰ। ਉਹ ਜਿਹੜੀਆਂ ਮਗਰ ਲੱਗੇ ਨਾ ਉਹਦੇ ਕਮਜਾਤਾ ਜੋ ਕਹਿੰਦਾ ਕਰਦੀ ਹੈ ਕਰਦੇ ਨਾ, ਉਹ ਹੈਗੀ ਹੈ ਕਮਜਾਤਾ, ਉਹ ਸੁਹਾਗਣਾ ਨਹੀਂ ਹੈਗੀ ਹੈ। ਇਸ ਕਰਕੇ ਤੁਸੀਂ ਸੁਹਾਗਣ ਬਣੇ ਰਹੋ, ਆਪਣੇ ਆਪ 'ਤੇ ਖੜ੍ਹੇ ਪੈਰਾਂ 'ਤੇ ਖੜ੍ਹੇ ਰਹੋ, ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣੋ ਅਤੇ ਅਕਾਲ ਪੁਰਖ ਦਾ ਹੱਥ ਉੱਤੇ ਰੱਖੋ, ਸਤਿਗੁਰੂ ਦੇ ਗੀਤ ਗਾਓ। ਸਤਿਗੁਰੂ ਤੁਹਾਡੇ ਅੰਦਰ ਜਿਹੜਾ ਹੈਗਾ ਤੁਹਾਨੂੰ ਗੀਤ ਗਵਾਏਗਾ। ਗੀਤ ਗਾਓ, ਅਕਾਲ ਪੁਰਖ ਦੀ ਸਿਫਤਾਂ ਕਰੋ ਅਤੇ ਆਪਣੀ ਮੁਕਤੀ ਪਾਓ। ਮੁਕਤੀ ਨੂੰ ਰੀਜਰੈਕਸ਼ਨ ਕਹਿੰਦੇ ਨੇ, ਅਤੇ ਜਿਹੜਾ ਹੁੰਦਾ ਜਨਮ ਲੈਣਾ ਦੁਬਾਰਾ ਉਹਨੂੰ ਰੀਇਨਕਾਰਨੇਸ਼ਨ। ਕਰਮੀ ਆਵੇ ਕੱਪੜਾ, ਨਦਰੀ ਮੋਹ ਦੁਆਰ।